ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਤੁਹਾਡੇ ਨਾਲ ਪੇਂਟਿਡ ਸੂਟ ਸ਼ੇਅਰ ਕਰਾਂਗੇ। ਸੋ ਜਿਵੇਂ ਕਿ ਸਾਰੇ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਪੇਂਟਿਡ ਸੂਟਸ ਨੂੰ, ਸੋ ਆਪਾਂ ਜਿਵੇਂ ਵੀ ਤੁਸੀਂ ਆਰਡਰ ਕਰ ਰਹੇ ਹੋ ਜੀ, ਬਣ ਰਹੇ ਹੈਗੇ ਆ ਤੁਹਾਡੇ ਨਾਲ ਜਿਹੜਾ ਸੂਟ, ਅਲੱਗ ਅਲੱਗ ਕਲਰਸ ਦੇ ਉੱਪਰ ਅਲੱਗ ਅਲੱਗ ਡਿਜ਼ਾਈਨਸ ਨਾਲ ਸ਼ੇਅਰ ਕਰ ਰਹੇ ਹਾਂ। ਸੋ ਜਿਵੇਂ ਸਾਰਿਆਂ ਨੇ ਬਹੁਤ ਪਸੰਦ ਕੀਤਾ ਹੈ ਪੇਂਟ, ਔਰ ਇਹਨੂੰ ਡਿਫਰੈਂਟ ਡਿਫਰੈਂਟ ਕਲਰ 'ਤੇ ਬਣਾਇਆ ਹੈਗਾ। ਸੋ ਇਹ ਬਹੁਤ ਹੀ ਸਕਿਨ ਗੋਲਡਨ ਕਲਰ ਹੈਗਾ। ਸੋ ਇਹਦੇ 'ਤੇ ਅਸੀਂ ਜਿਹੜਾ ਪੇਂਟ ਵਰਕ ਕੀਤਾ ਹੈ, ਔਰ ਬਹੁਤ ਹੀ ਵਧੀਆ ਇਹਦੀ ਜਿਹੜੀ ਗ੍ਰੇਸ ਆਈ ਹੈ। ਸੋ ਮੈਂ ਅੱਜ ਇਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਇਹ ਜਾਰਜਟ 'ਤੇ ਬਣਿਆ ਹੋਇਆ ਜੀ। ਬਹੁਤ ਸਾਰੇ ਕੁਸ਼ਚਨ ਹੁੰਦੇ ਆ ਕਿ ਤੁਸੀਂ ਕਰੇਵ 'ਤੇ ਪੇਂਟ ਦੀ ਇੰਨੀ ਗ੍ਰੇਸ ਨਹੀਂ ਆਉਂਦੀ। ਸੋ ਜਾਰਜਟ 'ਤੇ ਬਹੁਤ ਹੀ ਇਹਦੀ ਫਿਨਿਸ਼ਿੰਗ ਆਉਂਦੀ ਹੈ। ਸੋ ਇਹ ਦੇਖੋ ਜੀ, ਇਹ ਅਸੀਂ ਘੇਰੇ ਦੀ ਇੱਕ ਸਾਈਡ 'ਤੇ ਜਿਹੜਾ ਫਲਾਰ ਪਾਉਣੇ ਆ, ਔਰ ਇਹਦੇ ਅਸੀਂ ਪਾਈਪਿੰਗ ਨਾਲ ਇਹਨੂੰ ਫਿਨਿਸ਼ ਕੀਤਾ ਹੋਇਆ ਸਾਈਡਸ ਤੋਂ, ਜੋ ਵੀ ਕਲਰ ਦਾ ਵਰਕ ਹੁੰਦਾ। ਸੋ ਅਸੀਂ ਉਸ ਤਰ੍ਹਾਂ ਦੀ ਪਾਈਪਿੰਗ ਲਾਉਣੇ ਆ, ਔਰ ਗਲੇ 'ਤੇ ਅਸੀਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦਿੱਤਾ ਹੋਇਆ ਪਾਈਪਿੰਗ ਦੇ ਸ਼ੇਡ ਨਾਲ ਦਾ, ਔਰ ਬਾਜੂ 'ਤੇ ਵੀ ਇਹਦੇ ਇਸ ਤਰ੍ਹਾਂ ਵਰਕ ਹੈ। ਜਿਵੇਂ ਕਿ ਮੈਂ ਦੁਪੱਟੇ ਜਿਹੜੇ ਪੇਂਟ ਵਾਲੇ ਸ਼ੇਅਰ ਕੀਤੇ ਸੀ, ਸੋ ਸਾਰਿਆਂ ਦੇ ਬਹੁਤ ਸਾਰੇ ਜੋ ਨਵੇਂ ਜੁੜੇ ਹੈਗੇ ਉਹਨਾਂ ਦੇ ਕੁਸ਼ਚਨ ਸੀ ਕਿ ਸ਼ਰਟ 'ਤੇ ਜਿਹੜਾ ਪੇਂਟ ਹੈ ਉਹ ਤੁਸੀਂ ਕਿਵੇਂ ਕਰਦੇ ਹੋ। ਸੋ ਉਸੇ ਲਈ ਮੈਂ ਅੱਜ ਦਿਖਾਉਣੀ ਹੈ ਕਿ ਅਸੀਂ ਸ਼ਰਟ 'ਤੇ, ਕਿਉਂਕਿ ਦੁਪੱਟਾ ਆਲਰੇਡੀ ਕਾਫੀ ਹੈਵੀ ਹੋ ਜਾਂਦਾ, ਔਰ ਸ਼ਰਟ 'ਤੇ ਅਸੀਂ ਇੱਕ ਕੋਰਨਰ 'ਤੇ ਇਹਦਾ ਫਲਾਰ ਦਿੰਦੇ ਹਾਂ, ਔਰ ਇਸ ਤਰ੍ਹਾਂ ਉੱਪਰ ਆ ਜਿਹੜਾ ਗਲੇ 'ਤੇ ਡਿਜ਼ਾਈਨਿੰਗ ਦਿੰਦੇ ਹਾਂ। ਔਰ ਇਹਦਾ ਦੁਪੱਟਾ ਅਸੀਂ ਸਾਰੇ, ਕਿਉਂਕਿ ਦੁਪੱਟਿਆਂ ਦੇ ਵਿੱਚ ਔਰਗੈਂਜ਼ਾ ਦੁਪੱਟੇ 'ਤੇ ਇਹਦੀ ਜਿਹੜੀ ਗ੍ਰੇਸ ਹੈਗੀ ਹੈ ਬਹੁਤ ਹੀ ਵਧੀਆ ਆਉਂਦੀ ਹੈ। ਸੋ ਇਹਨੂੰ ਦੁਪੱਟੇ ਅਸੀਂ ਹੈਵੀ ਰੱਖਦੇ ਹਾਂ। ਇਹ ਦੇਖੋ ਜੀ, ਮੈਂ ਤੁਹਾਨੂੰ ਡਬਲ ਦਿਖਾਉਣੀ ਹਾਂ, ਕਿਉਂਕਿ ਸਿੰਗਲ ਦੇ ਵਿੱਚ ਇਹ ਟ੍ਰਾਂਸਪੇਰੈਂਟ ਹੁੰਦਾ ਹੈ ਅਤੇ ਪੇਂਟ ਇੰਨਾ ਦਿਖਾਈ ਨਹੀਂ ਦਿੰਦਾ। ਸੋ ਇਹ ਦੇਖੋ, ਬਹੁਤ ਹੀ ਪਿਆਰਾ ਪੇਂਟ ਹੋਇਆ ਹੋਇਆ, ਔਰ ਬਹੁਤ ਹੀ ਪਿਆਰੇ ਜਿਹੇ ਬਰਡ ਬਣੇ ਹੋਏ ਆ। ਇਹ ਦੇਖੋ, ਇਹ ਸਿੰਪਲ ਪੇਂਟ ਨਹੀਂ ਹੈਗਾ ਜੀ, ਇੰਪੋਰਟਡ ਕਲਰਸ ਨਾਲ ਇਹ ਪੇਂਟ ਹੋਇਆ ਹੋਇਆ, ਔਰ ਬਹੁਤ ਹੀ ਇਹ ਦੇਖੋ ਪਿਆਰਾ ਡਿਜ਼ਾਈਨ ਹੈ। ਇਸ ਤਰ੍ਹਾਂ ਸਾਰੇ ਜਿਹੜੀ ਕੋਰਨਰਸ 'ਤੇ ਇਹਦਾ ਹੈਵੀ ਜਿਹੜੀ ਵੀਲ ਜਾਂਦੀ ਹੈ, ਔਰ ਵਿੱਚ ਹੈ ਜਿਹੜਾ ਡਿਫਰੈਂਟ ਤਰ੍ਹਾਂ ਦੇ ਜਿਹੜੇ ਅਸੀਂ ਬਰਡ ਪਾਏ ਹੋਏ ਆ। ਇਹ ਦੇਖੋ, ਔਰ ਬਿਲਕੁਲ ਪ੍ਰਿੰਟ ਦੀ ਤਰ੍ਹਾਂ ਜਿਹੜੇ ਬਰਡਸ ਲੱਗਦੇ ਆ। ਸੋ ਇਹਦੀ ਜਿਹੜੀ ਸਪੈਸ਼ਲ ਗੱਲ ਪੇਂਟ ਦੀ ਇਹੀ ਹੈ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ ਹੋਇਆ ਪੇਂਟ ਹੈ, ਕਿਉਂਕਿ ਪੇਂਟ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਾਫੀ ਤਰ੍ਹਾਂ ਦੀ ਡਿਜ਼ਾਈਨਿੰਗ ਆਉਂਦੀ ਹੈ। ਸੋ ਇੱਕ ਮੋਟਾ ਮੋਟਾ ਪੇਂਟ ਹੁੰਦਾ, ਇਹ ਜਿਹੜਾ ਦੇਖ ਕੇ ਕਿਸੇ ਨੂੰ ਵੀ ਜੱਜ ਨਹੀਂ ਹੁੰਦਾ ਇਹ ਪ੍ਰਿੰਟ ਹੈ ਜਾਂ ਪੇਂਟ ਹੈ। ਸੋ ਜਿਵੇਂ ਜਿਵੇਂ ਵੀ ਕੰਮ ਹੁੰਦਾ, ਸੋ ਉਹਦੀ ਕੋਸਟ ਹੈ ਜਿਹੜੀ ਉਵੇਂ ਉਵੇਂ ਹੋ ਜਾਂਦੀ ਹੈ। ਇਹ ਦੇਖੋ, ਇਹਦਾ ਸਾਰਾ ਕੋਰਨਰਸ 'ਤੇ ਹੈ ਜਿਹੜਾ ਹੈਵੀ ਡਿਜ਼ਾਈਨ ਹੈ। ਇਹ ਦੇਖੋ, ਇਹਦਾ ਬਰਡਸ ਕਿੱਡਾ ਪਿਆਰਾ ਬਰਡਸ ਹੈ ਜਿਹੜਾ ਬਣਿਆ ਹੋਇਆ। ਸੋ ਅਸੀਂ ਇਸੇ ਤਰ੍ਹਾਂ ਜਿਹੜੇ ਇਹ ਡਿਜ਼ਾਈਨ ਆ ਤੁਹਾਡੇ ਵੱਲੋਂ, ਜਿਹੜੇ ਬਰਡਸ ਵਾਲੇ ਡਿਜ਼ਾਈਨ ਆ, ਬਹੁਤ ਪਸੰਦ ਕੀਤੇ ਜਾ ਰਹੇ ਆ। ਸੋ ਉਸੇ ਤਰ੍ਹਾਂ ਆਰਡਰ ਆ ਰਹੇ ਆ, ਔਰ ਇਹ ਜੀ ਪੇਂਟਿਡ ਸੂਟਾਂ ਦੇ ਆਰਡਰ ਬਹੁਤ ਜ਼ਿਆਦਾ ਹੈ, ਇਸ ਲਈ ਇਹਦੀ ਜਿਹੜਾ ਕਾਫੀ ਲੇਟ ਹੈ ਜਿਹੜਾ ਹੋ ਰਿਹਾ ਆਰਡਰ ਦੇ ਸੂਟਸ। ਸੋ ਤੁਸੀਂ ਕਿਸੇ ਵੀ ਕਲਰ ਚਾਰਟ 'ਤੇ ਜੀ, ਲਾਈਟ ਕਲਰ ਚਾਰਟ 'ਤੇ ਤੁਸੀਂ ਕਿਸੇ 'ਤੇ ਵੀ, ਪਿੰਕ, ਸੀ ਗ੍ਰੀਨ, ਕਿਸੇ 'ਤੇ ਵੀ ਤੁਸੀਂ ਆਰਡਰ ਕਰ ਸਕਦੇ ਹੋ। ਸੋ ਅਗਰ ਤੁਹਾਨੂੰ ਸੇਮ ਪਸੰਦ ਹੈ, ਸੇਮ ਆਰਡਰ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੇ ਜਿਹੜਾ ਆਰਡਰ ਕਰਨ ਲਈ ਜੀ, ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ ਵਟਸਐਪ ਨੰਬਰ 7589239377 'ਤੇ ਭੇਜ ਸਕਦੇ ਹੋ, ਔਰ ਆਪਣਾ ਆਰਡਰ ਹੈ ਜਿਹੜਾ ਫਾਈਨਲ ਕਰ ਸਕਦੇ ਹੋ। ਸੋ ਲਾਸਟ ਵੀ ਤੋਂ ਜੋ ਵੀ ਤੁਸੀਂ ਵੀਡੀਓਜ਼ ਦੇ ਵਿੱਚੋਂ ਆਰਡਰ ਕਰਨਾ ਹੈ, ਮੈਂ ਹਰ ਵਾਰ ਇਸੇ ਲਈ ਵੀਡੀਓ 'ਚ ਕਹਿੰਦੀ ਹਾਂ, ਕਿਉਂਕਿ ਡੇਲੀ ਇਸ ਤਰ੍ਹਾਂ ਦੇ ਕੁਸ਼ਚਨ ਹੁੰਦੇ ਆ ਕਿ ਅਸੀਂ ਆਰਡਰ ਕਿਵੇਂ ਕਰੀਏ। ਦੈਨ ਤੁਸੀਂ ਵਟਸਐਪ 'ਤੇ ਮੈਸੇਜ ਕਰੋ, ਕਾਲ ਨਾ ਕਰੋ, ਜਦੋਂ ਸ਼ਾਮ ਤੱਕ ਤੁਹਾਡੇ ਵਟਸਐਪ ਦੇ ਮੈਸੇਜ ਦਾ ਰਿਪਲਾਈ ਕਰਾਂਗੇ, ਔਰ ਤੁਸੀਂ ਆਪਣਾ ਆਰਡਰ ਆ ਜਿਹੜਾ, ਅਗਰ ਤੁਹਾਨੂੰ ਠੀਕ ਲੱਗਦਾ ਤੁਸੀਂ ਆਰਡਰ ਕਰ ਸਕਦੇ ਹੋ। ਸੋ ਸੂਟਸ ਦੇ ਅਕੋਰਡਿੰਗ ਆ ਜਿਹੜਾ ਜੀ ਆਰਡਰ ਦੀ ਅਸੀਂ ਡੇਟ ਦਿੰਦੇ ਹਾਂ ਕਿ ਤੁਸੀਂ ਕਿੰਨੇ ਸੂਟਸ ਆਰਡਰ ਕੀਤੇ ਆ। ਸੋ ਇੱਕ ਸੂਟ ਦੀ ਜਿਹੜੀ ਡੇਟ ਹੈਗੀ ਹੈ 10 ਤੋਂ 15 ਦਿਨਾਂ ਦੇ ਵਿੱਚ ਅਸੀਂ ਡਿਲੀਵਰ ਕਰਦੇ ਹਾਂ। ਸੋ ਇਸੇ ਤਰ੍ਹਾਂ ਜੀ, ਤੁਸੀਂ
बने रहो मेरे चैनल बी स्टाइलिश ते और नवी नवी डिजाइनिंग देखने लई प्यारे प्यारे वेडिंग वियर डिजाइन है जो असी अगे शेयर करांगे। सो फीडबैक जरूर दिया करो कि किवें लग रहे तुहानू डिजाइनस। और इस तरह जी आप नैक्सट वीडियो ना तुहानू मिलते हैं और थैंक यू जी इन्ना सारा प्यार देने लई और वीडियो वॉच करने लई बहुत बहुत थैंक यू जी। थैंक यू सो मच।